डेशपर्श विद डॉ नवदीप शर्मा ग्लोबली रेनौड आयुर्वेदिक हीलर जस्ट पंजाबी ਦੇ ਸਾਰੇ ਈਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੋਟਾਪਾ obesidad ਬਹੁਤ ਹੀ ਕਾਮਨ ਇੱਕ ਐਸੀ ਪ੍ਰੋਬਲਮ ਬਣਦੀ ਜਾ ਰਹੀ ਹੈ ਹਰ ਦੂਸਰੀ ਫੈਮਲੀ ਦੇ ਅੰਦਰ ਆਪਾਂ ਦੇਖਦੇ ਹਾਂ ਕੋਈ ਨਾ ਕੋਈ ਇਨਸਾਨ ਐਸਾ ਹੈ ਜਿਹੜਾ ਇਸ ਤੋਂ ਜੂਝ ਰਿਹਾ ਵੈ ਐਕਸਰਸਾਈਜ਼ ਲੋਕੀ ਕਰਦੇ ਨੇ ਡਾਈਟ ਕੰਟਰੋਲ ਕਰਦੇ ਨੇ ਕਈ ਕੁਝ ਕਰਕੇ ਦੇਖ ਲੈਂਦੇ ਨੇ ਲੇਕਿਨ ਇਹ obesidad ਐਸੀ ਚੀਜ਼ ਹੈ ਕਿ ਪਿੱਛਾ ਨਹੀਂ ਛੱਡਦੀ ਹੈ ਭਾਰ ਇੱਕ ਵਾਰ ਵਧਣਾ ਸ਼ੁਰੂ ਹੁੰਦਾ ਹੈ ਤੇ ਵਾਦਾ ਹੀ ਚਲਾ ਜਾਂਦਾ ਵੈ ਇੱਥੇ ਲੋੜ ਹੈ ਆਯੁਰਵੇਦ ਦੇ ਸਿਧਾਂਤ ਨੂੰ ਯਾਦ ਕਰਨ ਦੀ ਆਯੁਰਵੇਦ ਦਾ ਮੰਨਣਾ ਹੈ ਕਿ ਸਾਡੇ ਸਰੀਰ ਚ ਸੱਤ ਧਾਤੂਆਂ ਨੇ ਰਸ, ਰક્ત, ਮਾਸ, ਮੇਦ, ਅਸਥੀ, ਮੱਜਾ ਤੇ ਸ਼ੁਕਰ ਐਚਓਡੀ ਮੇਦ ਧਾਤੂ ਹੈ ਉਹ ਡਿਸਾਈਡ ਕਰਦੀ ਹੈ ਕਿ ਸਾਡੇ ਸਰੀਰ ਦਾ ਭਾਰ ਕਿੰਨਾ ਰਹਿਣਾ ਵੈ ਐ ਸਾਰੀਆਂ ਧਾਤੂਆਂ ਇੱਕ ਤੋਂ ਦੂਜੇ ਦੇ ਨਾਲ ਮਾਈਕਰੋ ਚੈਨਲਜ਼ ਦੇ ਨਾਲ ਕਨੈਕਟ ਹੋਈਆਂ ਹੁੰਦੀਆਂ ਨੇ ਜਿੰਨੂੰ ਕਹਿੰਦੇ ਨੇ ਸਰੋਤਸ ਜ਼ਰੂਰੀ ਹੈ ਅਗਰ ਆਪਾਂ weight loss ਚਾਹਨੇ ਹਾਂ ਬਹੁਤ ਜ਼ਿਆਦਾ efforts ਕਿਤੇ ਬਿਨਾ ਚਾਹਨੇ ਹਾਂ ਤੇ ਆਪਾਂ ਇਹਨਾਂ ਸਰੋਤਸਾਂ ਦੇ ਅਵਰੋਧ ਨੂੰ ਦੂਰ ਕਰ ਸਕੀਏ ਔਰ ਐਸੇ ਹੀ ਕਰਕੇ ਜਦੋਂ ਆਪਾਂ ਆਯੁਰਵੇਦ ਦੇ ਮਾਧਿਅਮ ਦੇ ਨਾਲ ਸਰੋਤਾ ਵਿਰੋਧ ਨੂੰ ਦੂਰ ਕਰਦੇ ਹਾਂ ਹੁਣ ਕਿਹੜੀਆਂ ਐਸੀਆਂ herbs ਨੇ ਜਿਹੜੀਆਂ ਸਰੋਤਾ ਵਿਰੋਧ ਦੂਰ ਕਰਦੀਆਂ ਨੇ ਹਰੜ ਬਹੁਤ ਕਾਮਨ ਹਰਬ ਹੈ ਜੀ ਕਾਲੀ ਮਿਰਚ ਦੁਬਾਰਾ ਬਹੁਤ ਕਾਮਨ ਹਰਬ ਹੈ ਗਾਰਸੀਨੀਆ ਕੰਬੋਜੀਆ ਜਿਹਨੂੰ ਵਿਲਾਇਤੀ ਇਮਲੀ ਵੀ ਕਹਿੰਦੇ ਹਾਂ ਕਾਮਨ ਹਰਬ ਹੈ ਤ੍ਰਿਫਲਾ ਕਾਮਨ ਕੰਬੀਨੇਸ਼ਨ ਹੈ ਐ ਛੋਟੀਆਂ-ਛੋਟੀਆਂ ਜਿਹੀਆਂ ਚੀਜ਼ਾਂ ਕੋਈ ਵੀ ਇਹਨਾਂ ਚੋਂ ਤੁਸੀਂ ਲੈ ਲਵੋ ਉਹਦੇ ਨਾਲ ਤੁਸੀਂ ਐਡ ਕਰਨੀ ਹੈ ਕਲੌਂਜੀ ਕਲੌਂਜੀ ਦੀ ਜਿਹੜੀ ਡੋਸੇਜ ਹੈ ਉਹ ਹੋਣੀ ਚਾਹੀਦੀ ਹੈ ਅੱਧੇ ਚਮਚੇ ਤੋਂ ਲੈ ਕੇ 1 ਚਮਚੇ ਤਿਕਨ ਅਗਰ ਸਰੀਰ ਗਰਮੀ ਹੋ ਰਹਾ ਹੈ ਫਿਰ ਤੁਸੀਂ ਅੱਧੇ ਚਮਚੇ ਤੋਂ ਵੱਧ ਕਦੀ ਨਹੀਂ ਲੈਣੀ ਹੈ ਇਹ ਕੰਬੀਨੇਸ਼ਨ ਅਗਰ ਲਿਤਾ ਜਾਏ ਮਾਈਕਰੋ ਚੈਨਲਸ ਨੂੰ ਪਿਉਰੀਫਾਈ ਕਰਦਾ ਵੈ ਔਰ ਬੇਸਲ ਮੈਟਾਬੋਲਿਕ ਰੇਟ ਹੁਣ ਬੇਸਲ ਮੈਟਾਬੋਲਿਕ ਰੇਟ ਕੀ ਹੈ ਕਿ ਸਾਡਾ ਸਰੀਰ ਕਿੰਨੀ એનર્ਜੀ ਯੂਜ਼ ਕਰ ਰਿਹਾ ਹੈ ਹਰ ਸੈਕਿੰਡ ਦੇ ਅੰਦਰ ਅਗਰ ਸਰੀਰ એનર્ਜੀ ਹੀ ਘਟ ਯੂਜ਼ ਕਰ ਰਿਹਾ ਹੋਵੇ ਤੇ ਭਾਰ ਤੇ ਵਧਣਾ ਹੀ ਹੈ ਇਹੀ ਕਾਰਨ ਹੈ ਕਿ ਆਯੁਰਵੇਦ ਸਿਧਾਂਤ ਅਪਣਾ ਕੇ ਬੇਸਲ ਮੈਟਾਬੋਲਿਕ ਰੇਟ ਨੂੰ ਨਾਰਮਲਾਈਜ਼ ਕਰਕੇ ਤੇ ਸਰੋਤਾ ਵਿਰੋਧ ਨੂੰ ਦੂਰ ਕਰਕੇ ਆਪਾਂ ਬਹੁਤੇ ਐਫਰਟਸ ਕਿਤੇ ਬਿਨਾ ਵੀ ਨੇਚਰਲੀ weight ਜਿਹੜਾ ਹੈ ਉਹ ਘਟਾ ਸਕਦੇ ਹਾਂ ਇਹਦੇ ਵਾਸਤੇ ਅਗਰ ਤੁਸੀਂ ਸਾਡੀ ਸਹਾਇਤਾ ਚਾਹੁੰਦੇ ਹੋ ਸਨ ਲੋਡ ਹੈ ਤੁਹਾਡੀ ਹਾਈਟ ਦੀ ਕਿੰਨੇ ਸੈਂਟੀਮੀਟਰ ਹੈ ਤੁਹਾਡੇ weight ਦੀ ਕਿੰਨਾ weight ਹੈ ਤੁਹਾਡੇ age ਦੀ ਤੇ ਨਾਲ ਇੱਕ ਛੋਟੀ ਜੀ ਫੋਟੋ ਤੁਸੀਂ ਸਾਈਡ ਪੋਸਟ ਦੇ ਅੰਦਰ ਖਿੱਚ ਕੇ ਸਾਨੂੰ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਅਗਰ ਇਹ ਚੀਜ਼ਾਂ ਤੁਹਾਡੇ ਵੱਲੋਂ ਸਾਨੂੰ ਆndੀਆਂ ਨੇ ਸਾਡੀ ਟੀਮ ਤੁਹਾਨੂੰ ਫ੍ਰੀ ਆਫ ਕਾਸਟ ਗਾਈਡ ਕਰੇਗੀ ਕਿ ਕੀ ਬਦਲਾਅ ਤੁਸੀਂ ਕਰ ਸਕਦੇ ਹੋ ਆਪਣੇ ਭਾਰ ਨੂੰ ਘਟਾਉਣ ਵਾਸਤੇ ਔਰ ਇਸ obesity ਨੂੰ ਪੱਕੇ ਤੌਰ ਤੇ ਦੂਰ ਭਜਾਉਣ ਵਾਸਤੇ Stay رشਪੁਸ਼ with Dr. Naveep Sharma globally renowned Ayurvedic healer